ਸਤਿ ਸ਼੍ਰੀ ਅਕਾਲ ਦੋਸਤੋ, ਰੂਬੀ ਦੀ ਸਾਈਡ ਫਰੋਮ ਡੈਲਵਿੰਗ ਓਵਰਸੀਜ਼। ਅੱਜ ਤੁਹਾਡੇ ਸਾਹਮਣੇ ਮੈਂ ਇੱਕ ਵਾਰ ਫਿਰ ਤੋਂ ਰੂਬਰੂ ਹੋ ਰਹੀ ਹਾਂ USA ਟੂਰਿਸਟ ਵੀਜ਼ਾਸ ਨੂੰ ਲੈ ਕੇ। USA ਲਈ ਆਪਾਂ ਥੋੜ੍ਹੀ ਜਿਹੀ ਡਿਟੇਲਸ ਦੇ ਵਿੱਚ ਗੱਲ ਕਰਾਂਗੇ। ਐਜ ਆਫ ਨਾਓ USA ਨੂੰ ਲੈ ਕੇ ਕਾਫੀ ਅਵੇਅਰ ਹੋ ਚੁੱਕੇ ਨੇ ਕੈਂਡੀਡੇਟਸ। USA ਦੇ ਸਕਸੈਸਰ ਨੋ ਡਾਊਟਸ ਬਹੁਤ ਅੱਛੇ ਜਾ ਰਹੇ ਨੇ। ਡੈਲਵਿੰਗ ਸਪੈਸ਼ਲੀ ਵੰਸ ਅਗੇਨ USA ਨੂੰ ਪ੍ਰਮੋਟ ਕਰ ਰਿਹਾ ਹੈ, ਜਿਹਦੇ ਵਿੱਚ 4 ਤੋਂ 5 ਚੀਜ਼ਾਂ ਬਹੁਤ ਹੀ ਧਿਆਨ ਦੇਣ ਵਾਲੀਆਂ ਨੇ। ਇਹਦੇ ਵਿੱਚ ਨਾ ਤਾਂ ਕੋਈ ਵੀ ਓਲਡ ਫੰਡਸ ਦੀ ਰਿਕੁਆਇਰਮੈਂਟ ਹੁੰਦੀ ਹੈ, ਔਨ ਸਪੋਰਟ ਵੀਜ਼ਾ ਹੁੰਦਾ ਹੈ। ਵੀਜ਼ਾ ਡਿਪੈਂਡ ਕਰਦਾ ਹੈ ਔਨ ਦੀ ਸਪੋਰਟ ਹੀ, ਜੋ ਵੀ ਵੀਜ਼ਾ ਦੇ ਰਿਜ਼ਲਟ ਡਿਕਲੇਅਰ ਹੋ ਜਾਣਗੇ ਔਨ ਦੀ ਸਪੋਰਟ ਹੋ ਜਾਣਗੇ, ਨਾ ਕਿ ਕੋਈ ਵੀ ਇਹਦੇ ਵਿੱਚ ਓਲਡ ਫੰਡਸ ਨਾ ਰਿਕੁਆਇਰਡ ਹੋ ਕੇ। ਪਲੱਸ ਪੈਕੇਜਿਸ ਸਿਸਟਮ ਅਵੇਲੇਬਲ ਨੇ, ਲਾਈਕ ਡਿਪੈਂਡ ਕਰੇਗਾ ਕੈਟਾਗਰੀ ਟੂ ਕੈਟਾਗਰੀ, ਫਾਈਲ ਟੂ ਫਾਈਲ, ਲਾਈਕ ਹੋਟੇਲ ਬੁਕਿੰਗ ਕਨਫਰਮੇਸ਼ਨ, ਟਿਕਟ ਕਨਫਰਮੇਸ਼ਨ, ਉਹ ਡਿਪੈਂਡ ਕਰੇਗਾ ਪੈਕੇਜਿਸ ਟੂ ਪੈਕੇਜਿਸ, ਜਿਹੜੇ ਕਿ ਸਾਰੇ ਹੀ ਆਫਟਰ ਵੀਜ਼ਾ ਹੁੰਦੇ ਨੇ। ਉਸ ਸਭ ਤੋਂ ਮੇਨ ਐਂਡ ਮੋਸਟ ਇੰਪੋਰਟੈਂਟ ਥਿੰਗ, ਸਾਡੇ ਜਿਹੜੇ ਵੀ ਕੰਸਲਟੈਂਸੀ ਆਪਣੇ ਚਾਰਜਿਸ ਹੋਣਗੇ, ਆਫੀਸ਼ੀਅਲ ਕੰਸਲਟੈਂਸੀ ਚਾਰਜਿਸ, ਦੈਟ ਇਜ਼ ਆਲ ਆਫਟਰ ਵੀਜ਼ਾ। ਫਿਫਥ ਮੋਸਟ ਇੰਪੋਰਟੈਂਟ ਥਿੰਗ, ਆਲਵੇਜ਼ ਕੈਂਡੀਡੇਟ ਇਜ਼ ਗੈਟਿੰਗ ਲਾਈਕ 10-year ਵੀਜ਼ਾ, ਜਿਸਦਾ ਆਪਾਂ ਨੂੰ ਵੀ ਪਤਾ, ਆਪਾਂ ਵੀ ਸਮਝ ਸਕਦੇ ਹਾਂ ਕਿ ਕਿੰਨਾ ਕੁ ਬੈਨੀਫਿਟ ਹੋ ਸਕਦਾ ਹੈ, ਕਿੱਥੇ 4 ਤੋਂ 5 ਤੋਂ 6 ਮਹੀਨੇ ਦਾ ਵੀਜ਼ਾ, ਕਿੱਥੇ ਔਨ ਵਨ ਸ਼ੋਟ 10-year ਵੀਜ਼ਾ। ਔਰ ਸੈਕਿੰਡ ਐਂਡ ਮੋਸਟ ਇੰਪੋਰਟੈਂਟ ਥਿੰਗ, ਇਹਦੇ ਵਿੱਚ ਕੋਈ ਵੀ ਏਜ ਬਾਰ ਦੀ ਲਿਮਿਟ ਨਹੀਂ ਹੈ। ਫਰੈਸ਼ ਪਾਸਪੋਰਟ ਇਜ਼ ਆਲਸੋ ਕੈਨ ਅਪਲਾਈ, ਨੋ ਇਸ਼ੂ ਹੋਲ ਵਿਦ ਫਰੈਸ਼ ਪਾਸਪੋਰਟ, ਨੋ ਇਸ਼ੂ ਵਿਦ ਏਜ ਲਿਮਿਟ। ਸੋ ਫਰਦਰ ਇਨਫੋਰਮੇਸ਼ਨ ਕਾਈਂਡਲੀ ਵਿਜ਼ਿਟ ਟੂ ਮਾਈ ਆਫਿਸ, ਐਂਡ ਜੋ ਵੀ ਨੰਬਰ ਸਕਰੀਨ 'ਤੇ ਫਲੈਸ਼ ਹੋ ਰਿਹਾ, ਇੱਕ ਵਾਰ ਤੁਸੀਂ ਉਹਨਾਂ 'ਤੇ ਕੰਟੈਕਟ ਕਰਕੇ ਆਪਣੀ ਡਿਟੇਲਸ, ਆਪਣੀ ਪ੍ਰੋਫਾਈਲ ਦੱਸ ਕੇ ਫਰਦਰ ਇਨਫੋਰਮੇਸ਼ਨ ਲੈ ਸਕਦੇ ਹੋ। ਥੈਂਕ ਯੂ ਸੋ ਮੱਚ।